ਦੋਸਤੋ ਲੋਕਾਂ ਨੂੰ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਸਵਾਗਤ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਗੁਰਜਿੰਦਰ ਜੀ। ਜੀ ਦੋਸਤੋ, ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਬੀਤੀ ਰਾਤ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ 9 ਸੰਮਣ ਸੀ ਜਿਹੜੇ ਸੰਮਣ ਭੇਜੇ ਹੋਏ ਸੀ ਅਰਵਿੰਦ ਕੇਜਰੀਵਾਲ ਹਾਈਕੋਰਟ ਵਿੱਚ ਚਲੇ ਗਏ ਸੀ। ਹਾਈਕੋਰਟ ਨੇ ਪ੍ਰੋਟੈਕਸ਼ਨ ਦੇਣ ਤੋਂ ਨਾਂਹ ਕਰਤੀ। ਸ਼ਾਮ ਜੇ ਵੇਲੇ ਈਡੀ ਆਪਣੀ ਟੀਮਾਂ ਲੈ ਕੇ ਭਾਰੀ ਗਿਣਤੀ ਦੇ ਵਿੱਚ ਫੋਰਸ ਲੈ ਕੇ ਉਹ ਕੇਜਰੀਵਾਲ ਸਾਹਿਬ ਦੇ ਘਰੇ ਪਹੁੰਚਦੇ ਨੇ, ਪੁੱਛਗਿੱਛ ਹੁੰਦੀ ਹੈ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹਿਰਾਸਤ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਲੈ ਲਿਆ ਜਾਂਦਾ। ਜਿਹੜੇ MLA ਨੇ, ਸਮਰਥਕ ਨੇ, ਉਹ ਸੜਕ ਰੋਕਣ ਦੀ ਕੋਸ਼ਿਸ਼ ਕਰਦੇ ਨੇ। ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਬੱਸਾਂ ਭਰ ਕੇ ਥਾਣੇ ਭੇਜ ਦਿੱਤਾ ਗਿਆ ਤੇ 9 ਸੰਮਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਸ਼ਾਮਲ ਨਹੀਂ ਸੀ ਕਹਿੰਦੇ ਸਾਡੀ ਜਾਂਚ ਦੇ ਵਿੱਚ। ਕੋਈ ਹਾਈਕੋਰਟ ਗਏ, ਉੱਥੋਂ ਗੱਲ ਨਹੀਂ ਬਣੀ। ਸ਼ਾਮ ਦੇ ਵੇਲੇ ਫਿਰ ਸੁਪਰੀਮ ਕੋਰਟ ਚਲੇ ਗਏ, ਉੱਥੇ ਸੁਪਰੀਮ ਕੋਰਟ ਦੇ ਵਿੱਚ ਅੱਜ ਪਤਾ ਲੱਗੂਗਾ ਕਿ ਕੀ ਬਣਦਾ। ਸੋ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਕਮਸੋਹਾਂ ਨੇ, ਗੱਲਾਂ ਬਾਤਾਂ ਨੇ, ਆਮ ਆਦਮੀ ਪਾਰਟੀ ਦੇ ਆਪਣੇ ਪੱਖ ਨੇ, BJP ਦੇ ਆਪਣੇ ਪੱਖ ਨੇ, ED ਦੇ ਇਹਦੇ ਤੇ ਆਪਣੇ ਪੱਖ ਨੇ, ਸੋ ਇਹਦੇ 'ਤੇ ਗੱਲ ਕਰਾਂਗੇ। ਪਰਮਿੰਦਰ ਜੀ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਗਈ, 9 ਸੰਮਣ ਪਹਿਲਾਂ ਭੇਜੇ ਹੋਏ ਸੀ, ਕਹਿੰਦੇ ਕਿ ਸ਼ਾਮਲ ਨਹੀਂ ਸੀ ਹੋਏ ਤੇ ਵਿੱਚੋਂ ਰਾਹਤ ਵੀ ਮਿਲ ਗਈ ਸੀ ਉਹਨਾਂ ਨੂੰ, ਅੱਜ ਗ੍ਰਿਫਤਾਰੀ ਉਹਨਾਂ ਦੀ ਹੋ ਗਈ। ਪਹਿਲਾਂ ਮਨੀਸ਼ ਸੋਦੀਆ, ਸੰਜੇ ਸਿੰਘ, ਵਿਜੇ ਨਾਇਰ, ਇਹ ਸਾਰੇ ਲੋਕ ਪਹਿਲਾਂ ਹੀ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਹੋਏ ਹੋਏ ਨੇ। ਕਿਵੇਂ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ? ਦੇਖੋ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈਗੀ ਹੈ ਕਿ ਜਿੱਦਾਂ ਇਸ ਮੌਕੇ ਜਦੋਂ ਚੋਣਾਂ ਦਾ ਮਾਹੌਲ ਹੈ, ਸਾਰੇ ਪਾਸੇ ਸਿਰਜਿਆ ਗਿਆ, BJP ਵੱਲੋਂ ਆਪਾਂ ਕਹਿ ਸਕਦੇ ਕਿ ਇੱਕ ਇਸ ਤਰ੍ਹਾਂ ਦੀ ਕਾਰਵਾਈ, ਕਿਉਂਕਿ ਕਿਹਾ ਜਾ ਰਿਹਾ, ਆਪਾਂ ਦੇਖ ਹੀ ਸਕਦੇ ਹਾਂ ਕਿ ਜਿੱਦਾਂ ਜਦੋਂ ED ਦੀ ਕਿਸੇ ਤੇ ਵੀ ਕਾਰਵਾਈ ਹੁੰਦੀ ਹੈ ਤਾਂ ਜੇ ਉਹ ਮੂਵ ਕਰਕੇ BJP ਵਾਲੇ ਪਾਸੇ ਚਲਾ ਜਾਂਦਾ, ਪਾਰਟੀ ਛੱਡ ਕੇ ਕੋਈ ਹੋਰ, ਤਾਂ ED ਦੀ ਕਾਰਵਾਈ ਜਾਂ ਹੋਰ ਏਜੰਸੀਆਂ ਦੀ ਕਾਰਵਾਈ ਫੌਰੀ ਤੌਰ ਤੇ ਉਹਨੂੰ ਰੋਕਣਾ ਪੈ ਜਾਂਦਾ, ਰੁਕ ਜਾਂਦੀ ਹੈ, ਉਹਦੇ 'ਤੇ ਕੋਈ ਰੇਡ ਨਹੀਂ ਹੁੰਦੀ, ਕੋਈ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਹੁੰਦਾ ਤੇ ਬਕਾਇਦਾ ਤੌਰ ਤੇ ਮੀਡੀਆ ਵਿੱਚ ਵੀ ਘੁੰਮਦਾ ਰਿਹਾ ਜਾਂ ਸੋਸ਼ਲ ਮੀਡੀਆ ਤੇ ਵੀ ਹੋਰ ਪਾਰਟੀਆਂ ਸਰੇਆਮ ਨਾਂ ਲੈ ਕੇ ਕਹਿੰਦੀਆਂ ਰਹੀਆਂ ਨੇ ਕਿ ਜਦੋਂ ਬੰਦਾ BJP ਚਲੇ ਜਾਵੇ ਤਾਂ ਪਾਕ ਪਵਿੱਤਰ ਹੋ ਜਾਂਦਾ ਹੈ, ਸਾਰੇ ਕੱਪੜੇ ਜਿਹੜੇ ਹੈਗੇ ਸਾਫ਼ ਹੋ ਜਾਂਦੇ ਨੇ, ਉਹਦੇ ਦੱਬੇ ਦਾਗ ਹੋ ਜਾਂਦਾ। ਸੋ ਆਪਾਂ ਇੱਥੇ ਇਹ ਗੱਲ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਆ BJP ਦੇ ਕਿ ED ਨੂੰ ਜਾਂ ਹੋਰ ਏਜੰਸੀਆਂ ਨੂੰ ਉਹਨਾਂ ਦੀ ਤਾਕਤ ਵਰਤ ਕੇ, ਤੇ ਏਦਾਂ 2027 ਹੈ ਜਿਹੜਾ ਉਹ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਇਹ ਜਦੋਂ ਆਪਾਂ ਕਹਿ ਲਓ ਅਰਥਕਥਨੀ ਤਾਂ ਨਹੀਂ ਹੈਗੀ, ਕਿਉਂਕਿ ਸਮਾਂ ਤੇ ਮਨੋਰਥ ਇਸ ਸਮੇਂ ਜਿਹੜਾ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਉਹ ਲੱਗਦਾ ਹੈ ਕਿ ਕਿਤੇ ਨਾ ਕਿਤੇ BJP ਆਪਣੇ ਪੱਖ ਦੇ ਵਿੱਚ ਭੁਗਤਾਉਣ ਦੇ ਚੱਕਰ 'ਚ ਹੈਗੀ ਆ, ਕੋਸ਼ਿਸ਼ ਕਰ ਰਹੀ ਹੈ, ਯਤਨਤ ਹੈ। ਸੋ ਜੇ 9 ਸੰਮਣਾਂ ਦੀ ਗੱਲ ਕਰਦੇ ਹਾਂ ਤਾਂ 9 ਸੰਮਣ ਪਹਿਲਾਂ ਚਲੇ ਗਏ, 10ਵਾਂ ਹੁਣ ਚਲਾ ਗਿਆ ਸੀਗਾ, ਉਸ ਤੋਂ ਪਹਿਲਾਂ ਕਾਰਵਾਈ ਵੀ ਕਰੀ ਜਾ ਸਕਦੀ ਹੈ। 2 ਨਵੰਬਰ 2023 ਦਾ ਜਿਹੜਾ ਹੈਗਾ ਪਹਿਲਾ ਸੰਮਣ ਗਿਆ ਹੋਇਆ, ਉਦੋਂ ਤੋਂ ਇਨਕਾਰ ਕਰਦੇ ਆ ਰਹੇ ਕੇਜਰੀਵਾਲ, ਹਾਲਾਂਕਿ ਕਿਹਾ ਜਾ ਰਿਹਾ ਕਿ ED ਬਕਾਇਦਾ ਤੌਰ ਤੇ ਪੁਖਤਾ ਸਬੂਤ ਇਕੱਠੇ ਕਰਨ ਦੇ ਵਿੱਚ ਇੰਨਾ ਸਮਾਂ ਲਿਆ ਗਿਆ। ਲੇਕਿਨ ਜੇ ਕੋਈ ਹੋਰ ਹੁੰਦਾ ਇੱਥੇ, ਜੇ ਦਿੱਲੀ ਦਾ ਕੇਜਰੀਵਾਲ ਨਾ ਹੁੰਦਾ ਤੇ ਉਹਦੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ, ਚਾਹੇ ਕੋਈ ਹੋਰ ਲੀਡਰ ਹੁੰਦਾ, ਕਿਸੇ ਹੋਰ ਪਾਰਟੀ ਦਾ ਛੋਟਾ ਲੀਡਰ ਹੁੰਦਾ, ਤਾਂ ਕੀ ਉਹਦੇ ਲਈ ED ਇੰਨੀ ਇੰਨਾ ਲਚਕੀਲਾਪਣ ਦਿਖਾ ਸਕਦੀ ਸੀ? ਮੈਂ ਇਹ ਗੱਲ ਕਰਦਾ ਕਿ ਚੋਣਾਂ ਦੇ ਸਮੇਂ ਸਮਾਂ ਔਰ ਮਨੋਰਥ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਲੱਗਦਾ ਕਿ ਕੋਈ ਥੋੜੀ ਬਹੁਤ ਸਾਜਿਸ਼ ਵਿੱਚ ਪਨਪਦੀ ਹੈਗੀ ਆ। ਹਾਲਾਂਕਿ ਲਗਾਤਾਰ ਅਰਵਿੰਦ ਕੇਜਰੀਵਾਲ ਈਵਨ ਕਿ ਵੱਡੇ ਮੀਡੀਆ ਚੈਨਲਾਂ ਦੇ ਉੱਤੇ ਕਹਿ ਲਓ
ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਦੇ ਉੱਤੇ ਬੈਠ ਕੇ ਵੀ ਲਗਾਤਾਰ ਈਡੀ ਦੇ ਕੁਐਸਚਨਿੰਗ ਕਰਦੇ ਰਹੇ ਆ, ਸਰਕਾਰ ਤੇ ਕੁਐਸਚਨਿੰਗ ਕਰਦੇ ਰਹੇ ਆ। ਇਹ ਵੀ ਕਹਿੰਦੇ ਰਹੇ ਕਿ ਮਸਲਾ ਤਾਂ ਦੱਸ ਦੋ ਕੀ ਆ, ਕਿੰਨਾ ਕਿੰਨਾ ਪੈਸੇ ਦਾ ਘਪਲਾ ਹੈ, ਕਿੰਨਾ ਘਪਲਾ ਕਿਹਨੇ ਕਰਿਆ। ਸੋ ਉਹ ਉਹਨਾਂ ਦੇ ਜਵਾਬ ਹਾਲੇ ਤੱਕ ਜਿਹੜੇ ਹੈਗੇ ਆ ਮੇਰੇ ਖਿਆਲ ਉਹ ਨਹੀਂ ਮਿਲ ਪਾਏ ਜਨਤਾ ਨੂੰ। ਹੁਣ ਈਡੀ ਨੇ ਪਿੱਛੇ ਜਦੋਂ ਹਾਈਕੋਰਟ ਕੇਜਰੀਵਾਲ ਗਏ ਆ ਪਿਛਲੇ ਦੋ ਤਿੰਨ ਦਿਨਾਂ ਤੋਂ ਜਿਹੜੀ ਹਾਈਕੋਰਟ ਦੇ ਵਿੱਚ ਕਾਰਵਾਈ ਚੱਲ ਰਹੀ ਸੀ, ਕਿਉਂਕਿ ਪਟੀਸ਼ਨ ਜਿਹੜੀ ਹੈਗੀ ਸੀ ਉਹ ਅਰਵਿੰਦ ਕੇਜਰੀਵਾਲ ਵੱਲੋਂ ਹੀ ਲਾਈ ਗਈ ਸੀਗੀ, ਤੇ ਉਹਨਾਂ ਨੂੰ ਡਰ ਸੀ ਕਿ ਮੈਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਤੇ ਉਹ ਪਟੀਸ਼ਨਾਂ ਦੇ ਉੱਤੇ ਲਗਾਤਾਰ ਸੁਣਵਾਈ ਵੀ ਹੋਈ ਹੈ। ਆਪਣਾ ਪੱਖ ਰੱਖਣ ਲਈ ਅਰਵਿੰਦ ਕੇਜਰੀਵਾਲ ਨੂੰ ਵੀ ਬੁਲਾਇਆ ਗਿਆ, ਨਾਲ ਦੀ ਨਾਲ ਈਡੀ ਨੂੰ ਵੀ ਕਿਹਾ ਗਿਆ ਕਿ ਆ ਕੇ ਦਿਖਾਓ ਸਬੂਤ ਕੀ ਨੇ। ਪਰ ਈਡੀ ਨੇ ਕਿਹਾ ਕਿ ਇਹ ਸਬੂਤ ਨੇ ਜਿਹੜੇ ਇਹ ਅਰਵਿੰਦ ਕੇਜਰੀਵਾਲ ਨੂੰ ਨਾ ਦਿਖਾਏ ਜਾਣ, ਇਹ ਸਿਰਫ ਤੇ ਸਿਰਫ ਕੋਰਟ ਦੇਖੇ। ਸੋ ਉਹ ਸਬੂਤਾਂ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਨੂੰ ਹਾਈਕੋਰਟ ਨੇ ਦਿੱਲੀ ਦਿੱਲੀ ਉਹ ਨਾ ਕੀਤੀ, ਆਪਾਂ ਕਹਿ ਸਕਦੇ ਕਿ ਕੋਈ ਰਾਹਤ ਦੇਣ ਤੋਂ ਨਾ ਕੀਤੀ, ਤਾਂ ਫੌਰੀ ਤੌਰ ਤੇ ਈਡੀ ਵੱਲੋਂ ਜਿਹੜਾ ਹੈਗਾ ਐਕਸ਼ਨ ਲਿਆ ਗਿਆ। ਨਾਲ ਦੀ ਨਾਲ ਉਹਨਾਂ ਨੇ ਭਾਰੀ ਫੋਰਸ ਨਾਲ ਅਰਵਿੰਦ ਕੇਜਰੀਵਾਲ ਦੇ ਘਰ ਨੂੰ ਚਾਲੇ ਪਾਏ। 10 ਬੰਦਿਆਂ ਦੀ ਟੀਮ ਗਈ, 2 ਘੰਟੇ ਪੁੱਛ ਪੜਤਾਲ ਹੋਈ, ਤਲਾਸ਼ੀ ਹੋਈ ਘਰ ਦੀ, ਨਾਲ ਨਾਲ ਅਰੈਸਟ ਕਰ ਲਿਆ ਗਿਆ। ਉਸ ਚੀਜ਼ ਦਾ ਡਰ ਜਿਹੜਾ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਉਹਦੇ ਲੀਡਰਾਂ ਵੱਲੋਂ ਜਾਂ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਸ਼ੰਕਾ ਦਰਸਾਇਆ ਜਾ ਰਿਹਾ ਸੀ ਮੀਡੀਆ ਤੇ ਸੋਸ਼ਲ ਮੀਡੀਆ ਤੇ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ, ਜੇਲ੍ਹ ਚੋਂ ਚੱਲੂਗੀ ਸਰਕਾਰ, ਤੇ ਉਹ ਖਦਸ਼ਾ ਜਿਹੜਾ ਸੀ ਉਹ ਕੱਲ੍ਹ ਸਾਫ਼ ਹੋ ਗਿਆ, ਕਲੀਅਰ ਹੋ ਗਿਆ। ਈਡੀ ਨੇ ਕੱਲ੍ਹ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਤੇ ਲੈ ਕੇ ਰਾਤ ਲੈ ਕੇ ਫਿਰ ਮੁੱਖ ਦਫ਼ਤਰ ਲਿਆਂਦਾ ਗਿਆ। ਅੱਜ ਉਹਨਾਂ ਨੂੰ ਕੋਰਟ 'ਚ ਪੇਸ਼ੀ ਹੈਗੀ ਆ ਉਹਨਾਂ ਦੀ, ਪਹਿਲਾਂ ਮੈਡੀਕਲ ਹੋਇਆ ਤੇ ਅੱਜ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ, ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਬਾਕੀ ਕੋਰਟ ਦੀ ਕਾਰਵਾਈ ਦੇਖੋ ਕੋਰਟ ਕਿੱਧਰ ਨੂੰ ਜਾਂਦਾ ਹੈ। ਹਾਲਾਂਕਿ ਰਾਤ ਤੁਰੰਤ ਬਾਅਦ ਆਪਾਂ ਕਹਿ ਲਓ ਕਿ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਜਿਹੜਾ ਹੈ ਅਰਵਿੰਦ ਕੇਜਰੀਵਾਲ ਦੇ ਵਕੀਲਾਂ ਵੱਲੋਂ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਗਿਆ ਸੀ, ਉੱਥੇ ਰਜਿਸਟਰਾਰ ਨੂੰ ਮਿਲਿਆ ਗਿਆ ਕਿ ਹੁਣੀ ਕਾਰਵਾਈ ਕਰੀ ਜਾਵੇ, ਹੁਣੀ ਸੁਣਵਾਈ ਹੋਣੀ ਚਾਹੀਦੀ ਆ ਇਸ ਮਾਮਲੇ ਦੇ ਉੱਤੇ। ਲੇਕਿਨ ਸੁਪਰੀਮ ਕੋਰਟ ਵੱਲੋਂ ਫਿਲਹਾਲ ਦੀ ਘੜੀ ਕੋਈ ਇੱਦਾਂ ਦੀ ਗੱਲ ਨਹੀਂ ਆਈ ਸਾਹਮਣੇ ਜਿਹਦੀ ਆਪਾਂ ਪੁਸ਼ਟੀ ਕਰ ਸਕੀਏ, ਪਰੰਤੂ ਇੱਕ ਕਨਸੋ ਹੈ ਬੜੀ ਹੈ ਕਿ ਸ਼ਾਇਦ ਅੱਜ ਉਸ ਪਟੀਸ਼ਨ ਦੇ ਉੱਤੇ ਕੋਈ ਸੁਣਵਾਈ ਹੋ ਸਕੇ ਸੁਪਰੀਮ ਕੋਰਟ ਦੇ ਵਿੱਚ। ਹੁਣ ਮਾਮਲਾ ਵੀ ਦੇਖਿਆ ਜਾਵੇ, ਲਗਾਤਾਰ ਜਿੱਦਾਂ ਟਵੀਟ ਤੇ ਟਵੀਟ ਸ਼ੁਰੂ ਹੋ ਗਿਆ ਸੀਗਾ ਜਦੋਂ ਈਡੀ ਦੀ ਕਾਰਵਾਈ ਹੋਈ ਹੈ, ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਸਾਰੇ ਉਹਨਾਂ ਦੇ ਘਰ ਇਕੱਠੇ ਹੋ ਗਏ, ਦਿੱਲੀ ਦੀਆਂ ਸੜਕਾਂ ਬਲੌਕ ਕਰ ਦਿੱਤੀਆਂ ਗਈਆਂ ਸੀਗੀਆਂ, ਬਾਅਦ ਵਿੱਚ ਪੁਲਿਸ ਨੇ ਬੈਰੀਕੇਡਿੰਗ ਕੀਤੀ ਬੜੀ ਤਕੜੀ, 10 ਪਾਰਟੀਆਂ ਜਿਹੜੀਆਂ ਹੈਗੀਆਂ ਉਹ ਮੰਗਾਈਆਂ ਗਈਆਂ, ਭਾਰੀ ਪੁਲਿਸ ਫੋਰਸ ਔਰ ਕੇਂਦਰੀ ਜਿਹੜੀ ਪੁਲਿਸ ਬਲ ਆ ਜਿਹੜੇ ਉਹ ਮੰਗਾਏ ਗਏ ਤੇ ਬੈਰੀਕੇਡਿੰਗ ਕਰਕੇ ਵਿਧਾਨ ਸਭਾ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਸੀਗਾ। ਤੇ ਉਹ ਰਸਤਿਆਂ ਦੇ ਉੱਤੇ ਫਿਰ ਜੇ ਵਰਕਰ ਆਏ ਸੀ ਉਹਨਾਂ ਨੂੰ ਚੱਕ ਕੇ ਬੱਸਾਂ ਵਿੱਚ ਧੱਕੇ ਨਾਲ ਡਿਟੇਨ ਵੀ ਕੀਤਾ ਗਿਆ ਕਹਿ ਲਓ, ਤੇ ਉਹ ਦਫ਼ਾ 144 ਵੀ ਲਾਈ ਗਈ ਆ। ਤੋ ਹੁਣ ਦੇਖਣਾ ਪਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਈਡੀ ਕਿੱਦਾਂ ਦੀ ਕਾਰਵਾਈ ਕਰਦੀ ਆ। ਪਰੰਤੂ ਜੇ ਦੇਖਿਆ ਜਾਵੇ ਕਿ ਹੁਣ ਜਿੱਦਾਂ ਸੰਜੇ ਸਿੰਘ ਸਿਸੋਦੀਆ ਜਾਂ ਹੋਰ ਲੀਡਰ ਜਿਹੜੇ ਅੰਦਰ ਨੇ ਉਹਨਾਂ ਦੀ ਜ਼ਮਾਨਤ ਤੱਕ ਨਹੀਂ ਹੋ ਰਹੀ, ਬਾਹਰ ਨਹੀਂ ਆ ਰਹੇ, ਤੇ ਅਰਵਿੰਦ ਕੇਜਰੀਵਾਲ ਵੀ ਸ਼ੰਕਾ ਜ਼ਾਹਰ ਕਰਦੇ ਸੀਗੇ ਕਿ ਇਹ ਚੀਜ਼ ਜਿਹੜੀ ਹੋਣੀ ਆ ਇਹ 2027 ਦੇ ਨੇੜੇ ਜਾ ਕੇ ਹੋਣੀ ਆ, ਉਹਨਾਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੇ ਲਈ। ਤੋ ਇੱਦਾਂ ਦੀ ਕਾਰਵਾਈ ਚੋਣਾਂ ਦੇ ਨੇੜੇ ਜਾ ਕੇ ਕਰਨੀ, ਕਿਉਂਕਿ ਪਹਿਲਾਂ ਬਣਦੀ ਸੀਗੀ ਇਹ ਆਪਾਂ ਕਰ ਸਕਦੇ ਕਿ ਈਡੀ ਨੂੰ ਚਾਹੇ ਉਸ ਤਰ੍ਹਾਂ ਦੀਆਂ ਪਾਵਰਾਂ ਹਾਸਲ ਨਹੀਂ ਜੋ ਦਿੱਲੀ ਪੁਲਿਸ ਕੋਲ ਨੇ ਜਾਂ ਹੋਰ ਏਜੰਸੀਆਂ ਕੋਲ ਹੈਗੀਆਂ ਨੇ,
ਈਡੀ ਦੀ ਆਪਣੀ ਪਾਵਰ ਹੈ, ਉਹ ਪ੍ਰਕਿਰਿਆ ਅਪਣਾਉਣੀ ਪੈਂਦੀ ਹੈ, ਪਰ ਏਡੀ ਵੀ ਲੰਬੀ ਪ੍ਰਕਿਰਿਆ ਨਹੀਂ ਹੁੰਦੀ ਹੈ ਕਿ ਤੁਸੀਂ ਲੰਮਾ ਸਮਾਂ ਲਿਜਾ ਕੇ ਉਹਨੂੰ ਲਟਕਾਓ ਤੇ ਲਟਕਾ ਕੇ ਜਾ ਕੇ ਚੋਣਾਂ ਦੇ ਨੇੜੇ ਕਿਸੇ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਗੱਲ ਜਿੱਥੋਂ ਸਪਸ਼ਟ ਹੋ ਜਾਏ ਜਾਂ ਨਜ਼ਰ ਆਉਂਦੀ ਹੋਵੇ, ਉਹ ਕਾਰਵਾਈ ਕਰਨ ਦਾ ਮਤਲਬ ਬਣਦਾ ਨਹੀਂ ਇੱਥੇ। ਤੋ ਉਹ ਇਹ ਗੱਲ ਵਿਰੋਧੀ ਪਾਰਟੀਆਂ ਦੇ ਵਿੱਚ ਵੀ, ਲੋਕਾਂ ਦੇ ਮਨਾਂ ਵਿੱਚ ਵੀ ਗਈ ਹੈ ਕਿ ਕਿਤੇ ਨਾ ਕਿਤੇ ਰਾਜਨੀਤਿਕ ਲਾਹ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। 100 ਆਪਾਂ ਕਹਿ ਲਓ ਕਿ 100 ਕਰੋੜ ਤੋਂ ਲੈ ਕੇ 3000 ਕਰੋੜ ਤੱਕ ਦਾ ਜਿਹੜਾ ਘਪਲਾ ਦੱਸਿਆ ਜਾ ਰਿਹਾ ਸ਼ਰਾਬ ਘੁਟਾਲਾ, ਠੀਕ ਹੈ, ਉਹਦੇ ਤਹਿਤ ਇਹ ਗ੍ਰਿਫਤਾਰੀ ਹੋਈ ਹੈ। ਉਹ ਕੇ ਕਵਿਤਾ ਜਿਹੜੀ ਫੜੀ ਗਈ ਹੈ, ਅਰੈਸਟ ਹੋਈ ਹੈ ਜਿਹੜੀ, ਉਹਦਾ ਨਾਂ ਜਦੋਂ ਆਇਆ ਉਹ ਤੋਂ ਤੁਰੰਤ ਬਾਅਦ ED ਨੇ ਜਿਹੜਾ ਉਹ ਐਕਸ਼ਨ ਜਿਹੜਾ ਹੈਗਾ ਉਹ ਸਖ਼ਤ ਕੀਤਾ, ਇੱਕਦਮ ਜਿਹੜੀ ਹੈਗੀ ਆਪਾਂ ਉਹਦੇ ਤੇ ਕਾਰਵਾਈ ਕਰਨ ਦੇ ਵਿੱਚ ਤੇਜ਼ੀ ਲਿਆਂਦੀ ਗਈ ਹੈ। ਔਰ ਉਹਦੇ ਥਰੂ ਹੀ ਕਿਹਾ ਜਾ ਰਿਹਾ ਕਿ ਬੈਕਡੋਰ ਰਾਹੀਂ ਜਿਹੜਾ ਕੇਜਰੀਵਾਲ ਨੇ ਉਹ ਬਲੈਕ ਮਨੀ ਜਿਹੜਾ ਉਹ ਹਾਸਲ ਕੀਤਾ ਹੈ। ਜੀ ਜੀ ਬਿਲਕੁਲ, ਪਹਿਲਾਂ ਤਾਂ ਆਹ ਵੀ ਸੀ ਨਾ ਕਿ ਕੇ ਕਵਿਤਾ ਨੂੰ ਤਾਂ ਇੱਕਦਮ ਗ੍ਰਿਫਤਾਰ ਕਰ ਲਿਆ, ਅਰਵਿੰਦ ਕੇਜਰੀਵਾਲ ਨੂੰ ਇੰਨਾ ਟਾਈਮ ਕਿਉਂ ਦਿੱਤਾ ਜਾ ਰਿਹਾ? ਹਾਂ, ਉਹ ਗੱਲ ਉਹੀ ਬਣਦੀ ਹੈ ਕਿ ਜਿੱਦਾਂ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਕਾਰਵਾਈ ਹੁੰਦੀ ਆ, ਜਦੋਂ ਪਤਾ ਕਿ ਬੰਦੇ ਦੇ ਉੱਤੇ ਕੋਈ ਐਲੀਗੇਸ਼ਨ ਆ ਰਹੇ ਨੇ, ਪੁੱਛਗਿੱਛ ਲਈ ਬੁਲਾਉਣਾ ਚਾਹੀਦਾ, ਇੱਕ ਰਾਤ ਦਾ ਸਮਾਂ ਹੋਵੇ, ਦੂਜਾ ਇੰਨਾ ਲੰਮਾ ਸਮਾਂ ਦੇਤਾ, ਇਹ ਗੱਲਾਂ ਥੋੜੀ ਜਿਹੀ ਸ਼ੱਕੀ ਲੱਗਦੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਸਭ ਤੋਂ ਵੱਡਾ ਖਤਰਾ ਕੇਜਰੀਵਾਲ ਕੋਲ ਬੀਜੇਪੀ ਨੂੰ, ਹੁਣ ਇਹਦੇ ਵਿੱਚ ਸੱਚਾਈ ਕਿੰਨੀ ਹੈ ਉਹ ਤਾਂ ਜਾਂ ਤਾਂ ਲੋਕ ਜਾਣਦੇ ਨੇ ਤੇ ਜਾਂ ਫਿਰ ਪਾਰਟੀਆਂ ਜਾਣਦੀਆਂ ਨੇ ਕਿ ਏਡੇ ਵੱਡੇ ਕੱਦ ਦੇ ਨੇਤਾ ਅਰਵਿੰਦ ਕੇਜਰੀਵਾਲ ਹੈ ਨੇ, ਜਿਹਤੋਂ ਬੀਜੇਪੀ ਖਤਰਾ ਮਹਿਸੂਸ ਕਰ ਰਹੀ ਹੋਵੇ। ਤੋ ਸਾਰੀਆਂ ਗੱਲਾਂ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ, ਪਹਿਲੀ ਤਾਂ ਗੱਲ ਪ੍ਰਕਿਰਿਆ ਦਾ ਲੰਬਾ ਹੋਣਾ ਇੰਨਾ ਜ਼ਿਆਦੇ ਨਵੰਬਰ ਤੋਂ ਸ਼ੁਰੂ ਹੋ ਕੇ ਆ ਮਾਰਚ ਦੇ ਵਿੱਚ, ਦੂਜਾ ਇਸ ਮੌਕੇ ਹੀ, ਤੀਜਾ ਕਾਰਵਾਈ ਦਾ ਸਮਾਂ ਤੇ ਉਹਦਾ ਪਿੱਛੇ ਮਨੋਰਥ, ਠੀਕ ਹੈ, ਜੇ ਪੁਖਤਾ ਸਬੂਤ ਹੈਗੇ ਸੀਗੇ ਫਿਰ ਅਰੈਸਟ ਕਰਨ ਲਈ ਦੇਰੀ ਕਿਉਂ? ਉਹ ਚੀਜ਼ਾਂ ਜਿਹੜੀਆਂ ਸਵਾਲ ਤਾਂ ਖੜੇ ਕਰਦੀਆਂ ਨੇ ਕਿਤੇ ਨਾ ਕਿਤੇ, ਲੇਕਿਨ ਹੁਣ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਆ ਉਹ ED ਦੇ ਪਾਊਗੀ, ਕਿੰਨੇ ਕੁ ਪੁਖਤਾ ਸਬੂਤ ਪੇਸ਼ ਕਰ ਪਾਊਗੀ, ਕਿੰਨਾ ਕੁ ਸਮਾਂ ਲੱਗਦਾ, ਤੇ ਜਿਹੜਾ ਕਿਹਾ ਜਾ ਰਿਹਾ ਕਿ ਜੇਲ੍ਹ ਤੋਂ ਚੱਲੂਗੀ ਸਰਕਾਰ, ਇਹਦੇ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਕਿਵੇਂ ਚੱਲ ਸਕਦੀ ਹੈ। ਹਾਲਾਂਕਿ ਕੋਈ ਇੱਦਾਂ ਦਾ ਸੰਵਿਧਾਨਕ ਤੌਰ ਤੇ ਪ੍ਰਕਿਰਿਆ ਇੱਦਾਂ ਦੀ ਹੈ ਨਹੀਂ, ਕੋਈ ਉਹਦੇ ਵਿੱਚ ਮੱਦ ਇੱਦਾਂ ਦੀ ਕੋਈ ਨਜ਼ਰ ਨਹੀਂ ਆਉਂਦੀ ਕਿ ਸਰਕਾਰ ਜਿਹੜੀ ਹੈਗੀ ਹੈ ਮੁੱਖ ਮੰਤਰੀ ਜਿਹੜਾ ਹੈ ਅਸਤੀਫਾ ਦੇਣਾ ਚਾਹੀਦਾ ਉਹਨੂੰ। ਕਿਹਾ ਜਾਂਦਾ ਕਿ ਸੰਵਿਧਾਨਕ ਤੌਰ ਤੇ ਕਿ 2 ਸਾਲ ਤੱਕ ਦੀ ਜੇ ਸਜ਼ਾ ਵੀ ਹੈ ਕਿਤੇ ਨਾ ਕਿਤੇ, ਤਾਂ ਵੀ ਅਸਤੀਫਾ ਨਾ ਦੇਣਾ ਜਾਂ ਮਰਜ਼ੀ ਤੇ ਡਿਪੈਂਡ ਕਰਦਾ, ਇਹਦੇ ਤੇ ਕੋਈ ਮੱਦ ਨਹੀਂ ਹੈਗੀ ਸੰਵਿਧਾਨ ਦੇ ਵਿੱਚ। ਲੇਕਿਨ ਜੇ ਕਿਹਾ ਜਾਵੇ ਕਿ ਜੇਲ੍ਹ ਦੇ ਵਿੱਚੋਂ ਚੱਲੂਗੀ ਤਾਂ ਉਹ ਬੜਾ ਔਖਾ ਆ ਕੰਮ, ਕਿ ਕਿਵੇਂ ਫਾਈਲਾਂ ਜਾਣਗੀਆਂ, ਤਿਹਾੜ ਜੇਲ੍ਹ ਆ, ਅਪੁਆਇੰਟਮੈਂਟ ਲੈਣੀ ਪੈਂਦੀ ਹੈ, ਕਿਵੇਂ ਜਿਹੜੇ ਮੁੱਖ ਸਕੱਤਰ ਜਾਂ ਹੋਰ PA ਵਗੈਰਾ ਕਿਵੇਂ ਉਹਨਾਂ ਨੂੰ ਮਿਲਣਗੇ, ਕਿਹਨਾਂ ਨਾਲ ਮੀਟਿੰਗਾਂ ਹੋਣਗੀਆਂ, ਇਹ ਥੋੜਾ ਜਿਹਾ ਮਤਲਬ ਲੱਗਦਾ ਔਖਾ। ਔਰ ਪਹਿਲੀ ਵਾਰ ਇਹ ਹੋਇਆ ਕਿ ਕਹਿੰਦੇ ਸਿਟਿੰਗ CM ਨੂੰ ਇਸ ਤਰ੍ਹਾਂ ਅਰੈਸਟ ਕੀਤਾ ਗਿਆ ਹੋਵੇ। ਤੋ ਅਗਲਾ ਜਿਹੜਾ ਮੁੱਖ ਮੰਤਰੀ ਆ ਉਹਦੇ ਤੇ ਵੀ ਜਿਹੜੀਆਂ ਸੰਭਾਵਨਾਵਾਂ ਵੀ ਕੌਣ ਹੋ ਸਕਦਾ, ਉਹ ਵੀ ਨਾਮ ਜਿਹੜੇ ਹੈਗੇ ਇੱਕ ਤਰ੍ਹਾਂ ਸਾਹਮਣੇ ਤਾਂ ਆਉਣ ਲੱਗ ਗਏ ਆ, ਪਰੰਤੂ ਹਲੇ ਕੋਈ ਆਪਣਾ ਨਾਮ ਪੇਸ਼ ਨਹੀਂ ਕਰ ਰਿਹਾ। ਉਹਨਾਂ ਦੀ ਪਤਨੀ ਦਾ ਨਾਮ ਵੀ ਸਾਹਮਣੇ ਆ ਰਿਹਾ, ਆਤਿਸ਼ੀ ਦਾ ਵੀ ਆ ਰਿਹਾ, ਤੋ ਇੱਕ ਦੋ ਨਾਮ ਹੋਰ ਨੇ ਉਹ ਸਾਹਮਣੇ ਆ ਰਹੇ ਨੇ ਕਿ ਸ਼ਾਇਦ ਉਹਨਾਂ ਤੋਂ ਬਾਅਦ ਇਹ ਬੰਦੇ ਬਤੌਰ CM ਕੰਮ ਕਾਜ ਦੇਖ ਸਕਦੇ ਨੇ। ਜੀ ਸਰਕਾਰ ਪਰਮਿੰਦਰ ਜੀ ਜੇਲ੍ਹ ਤੋਂ ਚੱਲੂਗੀ, ਇਹਦਾ ਤਾਂ ਮਤਲਬ ਇਹ ਸੀ ਕਹਿਣ ਦਾ ਕਿ ਜਿਹੜੇ ਸਾਡੀ ਹੀ ਪਾਰਟੀ ਦੇ ਵਿੱਚ ਬੈਠੇ ਹੋਏ ਲੋਕ ਖੁਸ਼ ਨੇ ਕਿ ਕੇਜਰੀਵਾਲ ਦਾ ਅੰਦਰ ਚਲਾ ਗਿਆ, ਹੁਣ ਕੋਈ ਹੋਰ ਮੁੱਖ ਮੰਤਰੀ ਬਣੂਗਾ, ਹੁਣ ਸਾਰੀ ਪ੍ਰਕਿਰਿਆ
ਖਤਮ ਹੋ ਗਈ। ਉਹ ਤਾਂ ਉਹਨਾਂ ਦੇ ਲਈ ਸੁਨੇਹਾ ਸੀ ਕਿ ਤੁਸੀਂ ਐ ਨਾ ਸੋਚੋ ਕਿ ਮੈਂ ਅਸਤੀਫਾ ਦਊਂਗਾ, ਮੁੱਖ ਮੰਤਰੀ ਤਾਂ ਮੈਂ ਰਹੂੰਗਾ ਭਾਵੇਂ ਜੇਲ੍ਹ ਦੇ ਵਿੱਚ ਰਹੇ। ਦੂਜਾ, ਜਦੋਂ ਪਹਿਲਾਂ ਸੰਮਣ ਗਿਆ ਸੀ ਉਦੋਂ ਕੇਜਰੀਵਾਲ ਸਾਹਿਬ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਪਹਿਲੇ ਸੰਮਣ ਤੋਂ ਲੈ ਕੇ ਨੌ ਸੰਮਣਾਂ ਦੇ ਸਫ਼ਰ ਦੇ ਦੌਰਾਨ ਕੀ ਇਹ ਬਬਲ ਸਿਰਜਿਆ ਗਿਆ ਕਿ ਇਲੈਕਸ਼ਨ ਦੇ ਨੇੜੇ ਅਸੀਂ ਗ੍ਰਿਫ਼ਤਾਰ ਹੋਵਾਂਗੇ, ਉਦੋਂ ਤਾਮ ਜਾਮ ਹੋਊਗਾ? ਜਦੋਂ ਪਹਿਲਾਂ ਸੰਮਣ ਚਲਾ ਗਿਆ ਵਿਜੇ ਨਾਇਰ ਤੋਂ ਲੈ ਕੇ ਸੰਜੇ ਸਿੰਘ ਜਾਂ ਫਿਰ ਆਪਣੇ ਮਨੀਸ਼ ਸੋਧੀਆ ਜਾਂ ਹੋਰ ਕੋਈ ਡਰਾਈਵਰ ਕੋਈ ਰਸੋਈਆ, ਸਾਰਿਆਂ ਦੀ ਗੱਲਬਾਤ ਚੱਲਦੀ ਹੈ, ਤਾਂ ਜੇਕਰ ਪਹਿਲੇ ਹੀ ਉੱਥੇ ਪੁੱਛਗਿੱਛ ਦੇ ਵਿੱਚ ਸ਼ਾਮਲ ਕੇਜਰੀਵਾਲ ਸਾਹਿਬ ਹੋਏ ਹੁੰਦੇ, ਰਾਤ ਇੱਡਾ ਗੱਲ ਹੱਲਾ ਗੁੱਲਾ ਨਾ ਹੁੰਦਾ। ਦੇਖੋ ਇਹਦੇ ਵਿੱਚ ਟੈਕਨੀਕਲ ਜੇ ਦੇਖਿਆ ਜਾਵੇ ਨਾ, ਤਾਂ ਗੁਰਜਿੰਦਰ ਜੀ ਉਹਦੇ ਚ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਿਹੜੇ ਜਵਾਬ ਦਾਇਰ ਕੀਤੇ ਆ ਉਹ ਉਹਨਾਂ ਦੇ ਵਿੱਚ ਇਹ ਆਉਂਦਾ ਕਿ ਜਿਹੜਾ ਸੰਮਨ ਈਡੀ ਵੱਲੋਂ ਕੀਤੇ ਜਾ ਰਹੇ ਆ ਉਹ ਗੈਰ ਕਾਨੂੰਨੀ ਹੈ। ਉਹ ਗੈਰ ਕਾਨੂੰਨੀ ਵਾਰ ਵਾਰ ਕਹੇ ਜਾਣ ਤੋਂ ਬਾਅਦ ਕੁਛ ਸਵਾਲ ਜਿਹਨਾਂ ਦੇ ਜਵਾਬ ਈਡੀ ਵੱਲੋਂ ਨਹੀਂ ਦਿੱਤੇ ਗਏ, ਡਾਕੂਮੈਂਟ ਦੇ ਰੂਪ ਵਿੱਚ ਦਿੱਤੇ ਗਏ ਆ, ਉਹ ਕਹਿੰਦੇ ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਅੱਜ ਤੱਕ ਨਹੀਂ ਦਿੱਤੇ ਗਏ। ਤੇ ਹਾਈ ਕੋਰਟ ਦਾ ਰੁੱਖ ਵੀ ਜਿਹੜਾ ਉਹ ਕੀਤਾ ਗਿਆ ਤਾਂ ਕੇਜਰੀਵਾਲ ਨੇ ਇਸ ਡਰੋਂ ਹੀ ਕੀਤਾ ਕਿ ਗ੍ਰਿਫ਼ਤਾਰ ਕੀਤਾ ਜਾਊਗਾ। ਮੈਂ ਜਿਹੜੀ ਗੱਲ ਤੁਸੀਂ ਕੀਤੀ ਇਹਦੇ ਇਹ ਦੋਨਾਂ ਧਿਰਾਂ ਦੇ ਕਿਤੇ ਨਾ ਕਿਤੇ ਪੱਖ ਵਿੱਚ ਜਾਂਦੀ ਹੈ ਗੱਲ ਕਿ ਜੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਇੱਕ ਸਿਮਥੀ ਤੌਰ ਤੇ ਦੇਖਣਾ ਹੋਵੇ ਕਿ ਹਮਦਰਦੀ ਬਟੋਰਨੀ ਹੈਗੀ ਹੈ ਜਾਂ ਹਮਦਰਦੀ ਬਣੇ, ਤਾਂ ਉਹਨਾਂ ਨੂੰ ਵੀ ਇਹ ਗੱਲ ਰਾਸ ਆਉਂਦੀ ਲੱਗਦੀ ਹੋਊਗੀ ਉਸ ਟਾਈਮ ਕਿ ਜੇ ਲੰਮਾ ਸਮਾਂ ਨਿਕਲੇ ਪ੍ਰਕਿਰਿਆ ਦੇ ਵਿੱਚ ਜੇ ਕਿਤੇ ਜਾ ਕੇ ਚੋਣਾਂ ਦੇ ਨੇੜੇ ਤੇੜੇ ਏਦਾਂ ਦੀ ਗ੍ਰਿਫ਼ਤਾਰੀ ਹੁੰਦੀ ਹੈ ਜਾਂ ਬੁਲਾਉਂਦੇ ਆਈਡੀ ਕਿਸੇ ਤਰੀਕੇ ਨਾਲ। ਲੇਕਿਨ ਇਹਦੇ ਵਿੱਚ ਨੁਕਸਾਨ ਥੋੜਾ ਜ਼ਿਆਦਾ ਲੱਗਦਾ ਕਿਉਂਕਿ ਅਰਵਿੰਦ ਕੇਜਰੀਵਾਲ ਜੇ ਚੋਣ ਪ੍ਰਚਾਰ ਨਹੀਂ ਕਰਨਗੇ ਕਿਤੇ ਨਾ ਕਿਤੇ ਪਾਰਟੀ ਨੂੰ ਲੌਸ ਬਹੁਤ ਵੱਡਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲੇਗਾ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਵਿਰੋਧੀ ਧਿਰਾਂ ਨੇ ਜਾਂ ਆਪਾਂ ਕਹਿ ਲਓ ਸੱਤਾ ਧਿਰ ਆ ਜਿਹੜੀ ਬੀਜੇਪੀ ਪਾਰਟੀ ਆ, ਜੇ ਉਹਦਾ ਦੇਖੀਏ ਕਿ ਉਹ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਦੇਖਦੀ ਸੀ, ਕਿਉਂਕਿ ਦਿੱਲੀ ਦੇ ਵਿੱਚ ਨੋ ਡਾਊਟ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਦਿੱਲੀ ਦੇ ਵਿੱਚ ਫਿਲਹਾਲ ਦੀ ਘੜੀ ਜਿੱਦਾਂ ਦਾ ਰੁਟੀਨ ਜਾਂ ਰੁਝਾਨ ਚੱਲਦਾ ਸੀ ਅਰਵਿੰਦ ਕੇਜਰੀਵਾਲ ਦਾ ਹੈ ਹੀ ਸੀ, ਉਹ ਚਾਹੇ ਮੀਡੀਆ ਦੇ ਥਰੂ ਸੀ ਚਾਹੇ ਸੋਸ਼ਲ ਮੀਡੀਆ ਦੇ ਥਰੂ ਸੀ, ਅਸਲ 'ਚ ਤਾਂ ਦਿੱਲੀ ਦੇ ਲੋਕ ਜਾਣਦੇ ਨੇ, ਤੇ ਉਹ ਉਹਨਾਂ ਦੇ ਹੱਕ ਵਿੱਚ ਵੀ ਜਾਂਦੀ ਹੈ ਗੱਲ ਕਿ 2024 ਦੇ ਵਿੱਚ ਜੇ ਅਰਵਿੰਦ ਕੇਜਰੀਵਾਲ ਨੂੰ ਪਾਸੇ ਰੱਖਿਆ ਜਾਵੇ ਚੋਣ ਪ੍ਰਚਾਰ ਤੋਂ ਤਾਂ ਕਿਤੇ ਨਾ ਕਿਤੇ ਸ਼ਾਇਦ ਸੁੱਖ ਦਾ ਸਾਹ ਮਹਿਸੂਸ ਕਰਦੇ ਨੇ ਉਹ ਲੀਡਰ। ਤੋ ਆਪਾਂ ਕਹਿ ਸਕਦੇ ਹਾਂ ਕਿ ਦੋਨਾਂ ਧਿਰਾਂ ਦੇ ਪੱਖ ਵਿੱਚ ਚੱਲਦੀ ਹੈ ਗੱਲ। ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਉਹਨਾਂ ਨੂੰ ਨਵੰਬਰ ਦੇ ਵਿੱਚ ਜੁਆਇਨ ਕਰਨਾ ਚਾਹੀਦਾ ਸੀਗਾ, ਤਾਂ ਉਹ ਗੱਲ ਇਹੀ ਸੀ ਕਿ ਜੁਆਇਨ ਕਰਨਾ ਚਾਹੀਦਾ ਸੀ, ਪਰ ਡਰ ਉਹਨਾਂ ਨੂੰ ਸਿਰਫ ਗ੍ਰਿਫ਼ਤਾਰੀ ਦਾ ਸੀਗਾ, ਤੇ ਨਾਲ ਉਹਨਾਂ ਨੇ ਜਿਹੜੇ ਕੁਐਸਚਨ ਦਿੱਤੇ ਸੀ ਉਹਨਾਂ ਦੇ ਕਹਿੰਦੇ ਮੈਨੂੰ ਸੰਤੁਸ਼ਟ ਜਵਾਬ ਨਹੀਂ ਮਿਲ ਰਹੇ, ਮੈਂ ਕੋਰਟ ਦੇ ਥਰੂ ਜਵਾਬ ਲਊਂਗਾ। ਲੇਕਿਨ ਦੂਜੇ ਪਾਸੇ ਈਡੀ ਦੀ ਵੀ ਲੰਬੀ ਪ੍ਰਕਿਰਿਆ, ਜੇ ਉਹਨਾਂ ਕੋਲ ਪੁਖਤਾ ਸਬੂਤ ਸੀਗੇ ਇਹ ਵੀ ਪੱਖ ਦੇਖਣਾ ਪਊਗਾ ਨਾ ਵੀ ਜੇ ਪੁਖਤਾ ਸਬੂਤ ਸੀਗੇ ਤਾਂ ਅਰੈਸਟ ਜੇ ਹੁਣ ਕੀਤਾ ਤਾਂ ਉਦੋਂ ਵੀ ਕੀਤਾ ਜਾ ਸਕਦਾ ਸੀ, ਇੱਕ ਦੋ ਤਿੰਨ ਸੰਮਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੀ, ਦਸੰਬਰ ਦੇ ਵਿੱਚ ਜਨਵਰੀ ਦੇ ਮੇਰੇ ਖਿਆਲ 3 ਤਰੀਕ ਨੂੰ ਸ਼ਾਇਦ ਜਨਵਰੀ ਦੇ 3 ਤਰੀਕ ਨੂੰ ਤੀਜਾ ਸੰਮਣ ਹੋ ਗਿਆ ਸੀਗਾ 2024 ਚ, ਤੇ ਉਹ ਚੀਜ਼ਾਂ ਵੀ ਨਾਲੋ ਨਾਲ ਚੱਲਦੀਆਂ ਨੇ। ਇੱਕ ਪੱਖ ਨਾਲ ਆਪਾਂ ਕਹਿ ਨਹੀਂ ਸਕਦੇ ਕਿ ਇਹ ਠੀਕ ਸੀ ਉਹ ਗਲਤ ਸੀ, ਦੋਨੋਂ ਪੱਖ ਜਿਹੜੇ ਹੈਗੇ ਕਿਤੇ ਨਾ ਕਿਤੇ ਫਾਇਦਾ ਲੈਂਦੇ ਨਜ਼ਰ ਵੀ ਆਉਂਦੇ ਆ ਜੀ। ਸੋ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਤੁਸੀਂ ਗੱਲਬਾਤ ਰੱਖੀ ਸਾਰੀ, ਸ਼ੁਕਰੀਆ ਗੁਰਜਿੰਦਰ ਜੀ ਜੀ। ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਜਪੁਰ, ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਲ ਪੰਜਾਬੀ। ਧੰਨਵਾਦ।